ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਜੋਤ ਵੀ ਨੇ ਅਸੀਂ ਚਰਚਾ ਇਸ ਚੀਜ਼ ਤੇ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦਰਬਾਰ ਸਾਹਿਬ ਨਤਮਸਤਕ ਖੁੰਨ ਜਾਂਦੇ ਆ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਉਥੇ ਜਿੰਨਾ ਵੀ ਉਹਨਾਂ ਦਾ ਪੂਰਾ ਪਰਿਵਾਰ ਹੈ ਜਿੰਨੇ ਵੀ ਉਹਨਾਂ ਦੇ ਸਾਥੀ ਹੈ ਉਹਨਾਂ ਨੂੰ ਲੈ ਕੇ ਜਾਂਦੇ ਆ ਇਸ਼ਨਾਨ ਕਰਾਉਂਦੇ ਆ ਔਰ ਨਤਮਸਤਕ ਖੁੰਦਾ ਉਹਨਾਂ ਦਾ ਪੂਰਾ ਪਰਿਵਾਰ ਦਰਬਾਰ ਸਾਹਿਬ ਦੇ ਅੰਦਰ ਪਰ ਉਥੇ ਇੱਕ ਵੀਡੀਓ ਬਣਾ ਰਹੇ ਹੁੰਦੇ ਆ ਸਰੋਵਰ ਦੇ ਨਜ਼ਦੀਕ ਖੜਕੇ ਤਾਂ ਉਥੇ ਐਸਜੀਪੀਸੀ ਦੀ ਟਾਸਕ ਫੋਰਸ ਦੇ ਮੈਂਬਰ ਆ ਕੇ ਫੋਨ ਖੋਲ ਲੈਂਦੇ ਆ ਇਹ ਵੀਡੀਓ ਬਹੁਤ ਵਾਇਰਲ ਵੀ ਹੋ ਰਿਹਾ ਐ ਐਸਜੀਪੀਸੀ ਦਾ ਪ੍ਰਤੀਕਰਮ ਵੀ ਇਸਤੇ ਆ ਰਿਹਾ ਐ ਐਸਜੀਪੀਸੀ ਆਪਣੇ ਜੋ ਸਾਥੀ ਆ ਜਾਂ ਕਹੋ ਕਿ ਉਹਨਾਂ ਦੀ ਟਾਸਕ ਫੋਰਸ ਦੇ ਜੋ ਮੈਂਬਰ ਆ ਉਹਨਾਂ ਨੂੰ ਡਿਫੈਂਡ ਕਰਨ ਵਾਸਤੇ ਲੱਗੀ ਹੋਈ ਐ ਤਾਂ ਕੀ ਇਹ ਠੀਕ ਹੋਇਆ ਇਸ ਨੂੰ ਲੈ ਕੇ ਵੀ ਚਰਚਾ ਛੜੀ ਹੋਈ ਐ ਕਿ ਜਿਸ ਤਰੀਕੇ ਦੇ ਨਾਲ ਇਹ ਪਹਿਲੀ ਵਾਰ ਹੋਇਆ ਕਿ ਕੋਈ ਫੋਨ ਤੇ ਵੀਡੀਓ ਬਣਾ ਰਿਹਾ ਹੋਵੇ ਔਰ ਪਹਿਲੀ ਵਾਰ ਇਸ ਤਰੀਕੇ ਨਾਲ ਵੀਡੀਓ ਬਣ ਰਹੀ ਹੋਵੇ ਘਟੂ ਘਟੇ ਤਾਂ ਜਰੂਰ ਦੇਖਣਾ ਚਾਹੀਦਾ ਹੈ ਕਿ ਉਹ ਬੰਦਾ ਹੈ ਕੌਣ ਉਹ ਸ਼ਖਸ ਕੌਣ ਹੈ ਜਿਹੜਾ ਐਨੇ ਲੋਕਾਂ ਨੂੰ ਪੱਗਾਂ ਬਣਾ ਕੇ ਦਸਤਾਰਾਂ ਸਜਾ ਕੇ ਜਾਂ ਨਾਲ ਲੈ ਕੇ ਗਿਆ ਉਹ ਬੰਦਾ ਹੈ ਕੌਣ ਆਖਰ ਜਿਹੜਾ ਵਿੱਚ ਖੜ ਕੇ ਜਿਹੜਾ ਬੋਲ ਰਿਹਾ ਸ਼ੁਕਰਾਨਾ ਕਰ ਰਿਹਾ ਵਾਹਿਗੁਰੂ ਦਾ ਉਹ ਹੈ ਕੌਣ ਕੋਈ ਉਹ ਟਿਕਟੋਕਰ ਥੋੜੀ ਹੈ ਕੋਈ ਉਹ ਸੋਸ਼ਲ ਮੀਡੀਆ ਦਾ ਸਟਾਰ ਥੋੜੀ ਹੈ ਕੋਈ ਉਹ ਸੋਸ਼ਲ ਮੀਡੀਆ ਵਾਲਾ ਰਾਹ ਜਾਂਦਾ ਬੰਦਾ ਥੋੜੀ ਹੈ ਉਹ ਗੁਰਪ੍ਰੀਤ ਮਿੰਟੂ ਮਾਲਵਾ ਜਿਹਨੂੰ ਠੀਕ ਠਾਕ ਜਿਹਦੀ ਆਈਡੈਂਟੀਟੀ ਹੈਗੀ ਐ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਪਏ ਹੋਏ ਐ ਉਹਨਾਂ ਲੋਕਾਂ ਨੂੰ ਠੀਕ ਕੀਤਾ ਉਸ ਬੰਦੇ ਨੇ ਤਾਂ ਜਰੂਰ ਇਹੋ ਜਿਹਾ ਵੀ ਦੇਖਣਾ ਚਾਹੀਦਾ ਕਿਉਂਕਿ ਦੋਰਾ ਮਾਪਦੰਡ ਕਿਉਂ ਇਸ ਤਰ੍ਹਾਂ ਦੇ ਸਵਾਲ ਐਸਜੀਪੀਸੀ ਤੇ ਖੜੇ ਹੋ ਰਹੇ ਐ ਮਨਦੀਪ ਦੇ ਨਾਲ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਵਾਰ ਉਹ ਪੂਰਾ ਵੀਡੀਓ ਜਿਹੜਾ ਐ ਉਹ ਵੀ ਦਿਖਾ ਦਿੰਨੇ ਆ ਉਹ ਪੂਰਾ ਵੀਡੀਓ ਹੈ ਕੀ ਐ ਭਾਈ ਯਾਰ ਚੱਲ ਪਿਆ ਮੋਟਰ ਖੜਕਾ ਸੀ ਜਿਤੇ ਸ਼ੁਕਰਾਨੇ ਵਜੋਂ ਪਹੁੰਚੇ ਅਗਰੂ ਦੇ ਘਰ ਆ ਕੇ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਬਸ ਸੱਚੇ ਪਾਤਸ਼ਾਹਗੇ ਅਰਦਾਸ ਕਰਿਓ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖਸ਼ ਬਾਈ ਜੀ ਹੈਲੋ ਖਾਲਸਾ ਜੀ ਐ ਨਾ ਫੜੋ ਐ ਨਹੀਂ ਫੜਨਾ ਐ ਨਹੀਂ ਗੁੰਡਾ ਕਰਦੀ ਨਹੀਂ ਬਾਈ ਐ ਨਹੀਂ ਤੂੰ ਕਹਿ ਸਕਦੇ ਤੁਸੀਂ ਕਹੋ ਗੱਲ ਨਾਲ ਕਹੋ ਯਾਰ ਕਹਿ ਸਕਦੇ ਬਾਈ ਇਹ ਗੁੰਡਾ ਕਰਦੀ ਨਹੀਂ ਆ ਤੂੰ ਖੋਣਾ ਥੋੜੀ ਐ ਬਾਈ ਨਹੀਂ ਬਾਈ ਸਾਬ ਜੀ ਬਾਈ ਥੋੜੀ ਫੜਵਾ ਕੇ ਐ ਥੋੜੀ ਫੜਵਾ ਕੇ ਯਾਰ ਤੁਸੀਂ ਇਹ ਕਿਹਾ ਕੇ ਮੈਂ ਕਿਹਾ ਕਿ ਕਿਰੋ ਯਾਰ ਕਿੱਥੇ ਵਾਜ ਸੁਣੀਏ ਸਾਨੂੰ ਯਾਰ ਕਮਾਲ ਹੋ ਗਈ ਬਾਈ ਨਹੀਂ ਬਾਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਾਦੀ ਮਨਾਹੀ ਆ ਕਾਦੋਂ ਮਨਾਹੀ ਨਹੀਂ ਕੀਤੀ ਆ ਕਾਦੋਂ ਵਜਾ ਵਜਾ ਮਨਾ ਕਰਦਾ ਹਾਂ ਹਾਂ ਭਾਈ ਆਉਂਦੇ ਸਾਰ ਉਹਨੇ ਕੈਮਰਾ ਫੜ ਲਿਆ ਹੱਥ ਨਾਲ ਖੋ ਕੇ ਯਾਰ ਕਮਾਲ ਦੀ ਗੱਲ ਕਰੀ ਜਾਂਦੇ ਆ ਕਿਹਾ ਤੁਸੀਂ ਤੁਸੀਂ ਕਿਹਾ ਦੱਸੋ ਕੀ ਵਜਾ ਨਹੀਂ ਭਾਈ ਸਾਹਿਬ ਵਜਾ ਦੱਸੋ ਵਜਾ ਦੱਸੋ ਬਾਅਦ ਜਾ ਕੇ ਕਹੀਂ ਬਣਾ ਲੋ ਵਜਾ ਕੀ ਆ ਗੁਰੂ ਦਾ ਘਰ ਆ ਤੇਰਾ ਨਹੀਂ ਮੇਰਾ ਵੀ ਉਹਨਾਂ ਹੀ ਸਾਰਿਆਂ ਦਾ ਹੀ ਆ ਤੁਹਾਡਾ ਤੁਹਾਡੀ ਤੁਹਾਡੀ ਭਾਈ ਤੁਹਾਡੀ ਜੱਦੀ ਦੀ ਵੀ ਦਾ ਕੋਈ ਜੱਦੀ ਦਾ ਕੋਈ ਆਪਣੀ ਜੱਦੀ ਜੱਦੀ ਦਾ ਕੋਈ ਆਪਣਾ ਐਵੇਂ ਕਮਾਲ ਹੋ ਗਈ ਯਾਰ ਤੁਸੀਂ ਆ ਕੇ ਦੱਸੋ ਸਾਨੂੰ ਕਹਿ ਦੋ ਭਾਈ ਆ ਗੱਲ ਐ ਨਹੀਂ ਕਰਨੀ ਹੋਣਾ ਥੋੜੀ ਆ ਦੇਖੋ ਜੀ ਕਮਾਲ ਦੀ ਗੱਲ ਆ ਕਮਾਲ ਹੀ ਹੋ ਗਈ ਆ ਤਾਂ ਯਾਰ ਆਓ ਜੀ ਉੱਥੇ ਬਾਬਾ ਜੀ ਸਾਰੇ ਜਾਣੇ ਆਓ ਗੁਰੂ ਦੇ ਘਰ ਆਪਾਂ ਦਰਸ਼ਨ ਕਰਨ ਆਏ ਆਪਾਂ ਦਰਸ਼ਨ ਕਰੀਏ ਤਾਂ ਐਨੇ ਸਾਰੇ ਸੰਗਤ ਐਨੀ ਸੰਗਤ ਨੂੰ ਲੈ ਕੇ ਗੁਰਪ੍ਰੀਤ ਮਿੰਟੂ ਪਹੁੰਚੇ ਸੀ ਮਨਦੀਪ ਇਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਅਸੀਂ ਲਗਾਤਾਰ ਉਹਨਾਂ ਦੀ ਪੋਸਟ ਦੇ ਥੱਲੇ ਵੀ ਕਮੈਂਟ ਦੇਖ ਰਹੇ ਸੀ ਹੋਰ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਥੱਲੇ ਕਮੈਂਟ ਦੇਖ ਰਹੇ ਸੀ ਜਾਂ ਤਾਂ ਫਿਰ ਸਾਰਿਆਂ ਵਾਸਤੇ ਰੁਕ ਲੱਗੇ ਪਰਟੀਕੂਲਰ ਇੱਕ ਬੰਦੇ ਵਾਸਤੇ ਕਿਉਂਕਿ ਉੱਥੇ ਇੰਨੇ ਲੋਕ ਵੀਡੀਓ ਪਾਉਂਦੇ ਆ ਸ਼ਰਦਾ ਦੇ ਨਾਲ ਲੋਕ ਅੱਗੇ ਦੀ ਅੱਗੇ ਸਰਕੂਲੇਟ ਹੁੰਦੀਆਂ ਦਰبار صاحب ਦਾ ਵੀਡੀਓ ਕੋਈ ਮਿਸਯੂਜ਼ ਨਹੀਂ ਕਰ ਰਿਆ ਸੀ ਜਿੱਥੋਂ ਤੱਕ ਦੇਖਦੇ ਸੀ ਕਿਉਂਕਿ ਉੱਥੇ ਤਾਂ ਟੈਲੀਕਾਸਟ ਵੀ ਬਕਾਇਦਾ ਤੌਰ ਤੇ ਹੁੰਦਾ ਹੈ ਪਰ ਇਹ ਤਾਂ ਦੇਖਣਾ ਚਾਹੀਦਾ ਕਿ ਸ਼ਖਸ ਹੈ ਕੌਣ ਹੈ ਕੋਈ ਟਿਕਟੋਕਰ ਹੈ ਹਾਲਾਂਕਿ ਟਿਕਟੋਕ ਬੈਨ ਹੋ ਗਿਆ ਕੋਈ ਸੋਸ਼ਲ ਮੀਡੀਆ ਦਾ 스타 ਹੈ ਜਾਂ ਕੋਈ ਬੰਦਾ ਹੈ ਕੌਣ ਹੈ ਇੰਨੀ ਸੰਗਤ ਨੂੰ ਲੈ ਕੇ ਨਾਲ ਆਇਆ ਉਸ ਦੇ ਨਾਲ ਇਹੋ ਜਿਹਾ ਵਿਵਹਾਰ ਹਾਲਾਂਕਿ ਐਸਜੀਪੀਸੀ ਨੇ ਆਪਣਾ ਪੱਖ ਵੀ ਰੱਖਿਆ ਕਿਵੇਂ ਦੇਖਿਆ ਜਾਵੇ ਇਹ ਜਿਹੜੀ ਪੂਰੀ ਚੀਜ਼ ਹੋ ਰਹੀ ਹੈ ਅਡਰਟ ਤਰ੍ਹਾਂ ਦੇ ਕਮੈਂਟ ਆ ਰਹੇ ਹਨ ਬਿਲਕੁਲ ਵਿਕਰਮ ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਕੋਈ ਵੀਡੀਓ ਬਣਾਉਂਦਾ ਤਾਂ ਪਹਿਲਾਂ ਵੀ ਇਹ ਕਈ ਇਦਾਂ ਦੇ ਘਟਨਾਕਰਮ ਹੋਏ ਨੇ ਜਦੋਂ ਮੋਬਾਈਲ ਇਦਾਂ ਖੋ ਕੇ ਬਾਅਦ ਦੇ ਵਿੱਚ ਵੀਡੀਓ ਬਣਾਈ ਜਾਂਦੀਆਂ ਪਰ ਜੇ ਦੇਖਿਆ ਜਾਵੇ ਤਾਂ ਜਦੋਂ ਕੋਈ ਲੀਡਰ ਆਉਂਦੇ ਨੇ ਨਤਮਸਤਕ ਹੁੰਦੇ ਨੇ ਤਾਂ ਪੂਰਾ ਨਾਲ ਕਾਫਲਾ ਲੈ ਕੇ ਚੱਲਦੇ ਨੇ ਉਹ ਡੀਐਸਐਲਆਰ ਕੈਮਰੇ ਜਿਹੜੇ ਨਾਲ-ਨਾਲ ਉਹਨਾਂ ਦੇ ਘਟਕੜ 7-8 ਜਣੇ ਚੱਲਦੇ ਨੇ ਉਹਨਾਂ ਦੀ ਪੂਰੀ ਕਵਰੇਜ ਹੁੰਦੀ ਆ ਬਾਅਦ ਦੇ ਵਿੱਚ 5 ਮਿੰਟਾਂ ਦੇ ਬਾਅਦ ਉਹਨੇ ਪੇਜ ਦੇ ਉੱਪਰ ਫੋਟੋ ਹੀ ਪਾਣ ਦਿਆ ਵੀ ਭਾਈ ਇਹ ਨਤਮਸਤਕ ਹੋਈ ਸੀ ਤਾਂ ਕਿ ਫਿਰ ਇਹ ਇਕੱਲੇ ਲੀਡਰਾਂ ਦਾ ਰਹਿ ਜਾਂਦਾ ਇਹ ਚ ਆਪ ਦੀ ਫੋਟੋ ਪਾਉਂਦੇ ਨੇ ਤਾਂ ਦੂਜੇ ਪਾਸੇ ਇਹ ਵੀ ਦੇਖਣਾ ਚਾਹੀਦਾ ਕਿ ਸਖਸ਼ੀਤ ਕੌਣ ਆਹੋ ਉਹ ਇੱਕ ਸ਼ਖਸ ਉਹ ਸ਼ਖਸ ਹੈ ਜਿਨੇ ਹਜ਼ਾਰਾਂ ਨੇ ਲੱਖਾਂ ਜਿਹੜੇ ਪਰਿਵਾਰ ਸੀ ਸੁਖੀ ਕਰੇ ਨੇ ਜਿਹੜਾ ਕੋਈ ਕਾਮਲਾ ਸੀ ਉਹਨੂੰ ਸਿਆਣਾ ਬਣਾਇਆ ਠੀਕ ਕਰਿਆ ਉਹਦਾ ਇਲਾਜ ਕਰਵਾਇਆ ਜਿਨ੍ਹਾਂ ਨੂੰ ਲੋਕ ਰਾਹ ਜਾਂਦੇ ਨੂੰ ਛੁੱਟ ਜਾਂਦੇ ਸੀ ਉਹਨਾਂ ਨੂੰ ਚੱਕ ਕੇ ਉਹਨੇ ਆਪ ਕਰੇ ਨੇ ਕੋਈ ਇਹ ਨਹੀਂ ਕਿ ਉਹਨੇ ਆਪ ਦੇ ਲਈ ਕੁਝ ਕੀਤਾਗਾ ਜਾਂ ਕੋਈ ਉਹਦੇ ਪਰਿਵਾਰ ਦੇ ਮੈਂਬਰ ਥੋੜੀ ਸੀ ਇਹ ਜਾਂ ਕੋਈ ਆਪ ਦੇ ਰਿਸ਼ਤੇਦਿਆਂ ਨੂੰ ਲੈ ਕੇ ਉੱਤੇ ਚਲਾ ਗਿਆ ਉਹ ਉਹ ਬੰਦੇ ਨੇ ਜਿਨ੍ਹਾਂ ਦਾ ਕੋਈ ਹੋਰ ਹੈ ਨਹੀਂ ਸੀ ਜੇ ਵਾਪਾ ਕਹਿੰਦੇ ਆ ਕਿ ਉਹੀ ਗੱਲ ਜਿਹਦਾ ਕੋਈ ਨਹੀਂ ਦੋ ਰੱਬ ਹੁੰਦਾ ਉਸ ਦਾ ਤਾਂ ਇਹ ਇੱਕ ਰੱਬ ਵਾਂਗੂ ਉਹਨਾਂ ਬਾਸੇ ਬੋੜਿਆ ਤੇ ਉਹਨਾਂ ਨੂੰ ਜਿਹੜਾ ਹੈ ਇਹ ਹੁਣ ਦੇਖਣਾ ਚਾਹੀਦਾ ਕਿਉਂਕਿ ਲਗਾਤਾਰ ਜਦੋਂ ਮਿੰਟੂ ਹੋਣਾ ਦੀ ਕੋਈ ਵੀ ਵੀਡੀਓ ਜਿਹੜੀ ਹੁੰਦੀ ਹੈ ਤਾਂ ਹਰੇਕ ਕਮੈਂਟ ਉਹਦੇ ਥੱਲੇ ਦੇਖਣਾ ਹੋਵੇਗਾ ਕਿ ਕਮੈਂਟ ਵੀ ਪੜ ਲੈਣੇ ਚਾਹੀਦੇ ਨੇ ਕਮੈਂਟਾਂ ਦੇ ਵਿੱਚੋਂ ਪਤਾ ਲੱਗ ਜਾਂਦਾਗਾ ਤਾਂ ਹੁਣ ਜਦੋਂ ਇਹ ਵੀਡੀਓ ਹੋਈ ਐ ਇਦਾਂ ਦੀ ਜਦੋਂ ਸੋਸ਼ਲ ਮੀਡੀਆ ਤੇ ਚਰਚਾ ਵਿਚੜੀ ਤਾਂ ਕਮੈਂਟਸ ਦੇ ਵਿੱਚ ਵੀ ਲਗਾਤਾਰ ਲੋਕ ਇਹੀ ਗੱਲ ਕਹਿ ਰਹੇ ਸੀ ਕਿ ਆਖਰਕਾਰ ਲੀਡਰ ਦਾ ਤੀਜੇ ਦਿਨ ਜਾ ਕੇ ਫੋਟੋ ਪਾਉਂਦੇ ਨੇ ਤੀਜੇ ਦਿਨ ਅੱਗੇ-ਅੱਗੇ ਉਹਨਾਂ ਦੇ ਮੋਨੋਪੋਡ ਲਾ ਕੇ ਕੈਮਰਾ ਲੱਗਿਆ ਹੁੰਦਾ ਔਰ ਅੱਡ-ਅੱਡ ਐਂਗਲਸ ਤੋਂ ਕੋਈ ਹਾਈਟ ਤੋਂ ਦਿਖਾ ਰਿਹਾ ਕੋਈ ਕਿੱਥੋਂ ਦਿਖਾ ਰਿਹਾ ਜਾਂ ਤਾਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਸਾਰਿਆਂ ਦੇ ਲਈ ਪੈਰਾਮੀਟਰ ਇੱਕੋ ਜਿਹਾ ਹੋਣੇ ਚਾਹੀਦੇ ਆ ਔਰ ਨਹੀਂ ਤਾਂ ਫਿਰ ਘਟੂ-ਘਟ ਜਿਹੜੇ ਟਾਸਕ ਫੋਰਸ ਵਾਲੇ ਆ ਜਿਨ੍ਹਾਂ ਦੀ ਵੀ ਜ਼ਿੰਮੇਵਾਰੀ ਲਈ ਆ ਠੀਕ ਹੈ ਦਰਬਾਰ ਸਾਹਿਬ ਸਾਡੇ ਲਈ ਸਭ ਤੋਂ ਪਵਿੱਤਰ ਜਗ੍ਹਾ ਜਿਹੜੀ ਹੈ ਦਰਬਾਰ ਸਾਹਿਬ ਆ ਸ੍ਰੀ ਹਰਮੰਦਰ ਸਾਹਿਬ ਜਿਹੜਾ ਹਰੇਕ ਸਿੱਖ ਦਾ ਸੀਸ ਝੁਕਦਾ ਹਰੇਕ ਸਿੱਖ ਦਾ ਸਿਰ ਝੁਕਦਾ ਹੈ ਦਰਬਾਰ ਸਾਹਿਬ ਜਾਣ ਵਾਸਤੇ ਔਰ ਦੂਰੋਂ ਦੂਰੋਂ ਸੰਗਤਾਂ ਪਹੁੰਚਦੇ ਵਿਦੇਸ਼ਾਂ ਤੋਂ ਵੀ ਸਿੱਖ ਸੰਗਤ ਸਪੈਸ਼ਲੀ ਦਰਸ਼ਨ ਕਰਨ ਵਾਸਤੇ ਵੀ ਆਉਂਦੀ ਹੈ ਪਰ ਗੱਲ ਇਹ ਹੈ ਕਿ ਪੈਰਾਮੀਟਰ ਵੱਖੋ ਵੱਖਰੇ ਕਿਉਂ ਜਾਂ ਫਿਰ ਐਸਜੀਪੀਸੀ ਦੇ ਜਿਹੜੇ ਕੋਈ ਕਰਮਚਾਰੀ ਰੱਖੇ ਹੋਏ ਉਹਨਾਂ ਨੂੰ ਵਾਕਈ ਟ੍ਰੇਨਿੰਗ ਦੇਣ ਦੀ ਲੋੜ ਆ ਕੋਈ ਟ੍ਰੇਨਡ ਬੰਦੇ ਰੱਖੋ ਜਿਸ ਤਰੀਕੇ ਦੇ ਨਾਲ ਇਹ ਪੂਰਾ ਵੀਡੀਓ ਸਾਹਮਣੇ ਆਇਆ ਜਿਸ ਤਰੀਕੇ ਨਾਲ ਪੂਰਾ ਘਟਨਾਕਰਮ ਹੋਇਆ ਕਿਉਂਕਿ ਇੰਨੀ ਸੰਗਤ ਜਿਹੜੀ ਹੈ ਮਿੰਟੂ ਦੇ ਨਾਲ ਗਈ ਔਰ ਖਾਸ ਤੌਰ ਤੇ ਉਹ ਆਪਣੇ ਸਾਥੀਆਂ ਨੂੰ ਲੈ ਕੇ ਗਏ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਪੂਰਾ ਵੀਡੀਓ ਉਹ ਹੈ ਦਰبار صاحب ਦੇ ਸਰੂਵਰ ਦੇ ਕੰਡੇ ਜਿਹੜਾ ਉੱਥੇ ਚੱਲਦੇ ਆ ਹੋਇਆਂ ਦਾ ਪੂਰਾ ਵੀਡੀਓ ਔਰ ਜਿੱਥੇ ਪੂਰੀ ਸੰਗਤ ਜਿਹੜੀ ਹੈ ਉਹਨਾਂ ਦੇ ਨਾਲ ਗਈ ਪੂਰਾ ਉਹਨਾਂ ਦਾ ਜਿੱਥੇ ਬਣਾਇਆ ਹੋਇਆ ਉਹਨਾਂ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਉਹਨਾਂ ਦੇ ਆਸ਼ਰਮ ਚੋਂ ਸਾਰੇ ਲੋਕ ਇਹ ਗਏ ਉੱਥੇ ਦਰਸ਼ਨ ਕਰਨ ਵਾਸਤੇ ਪਰ ਉੱਥੇ ਜਦੋਂ ਵੀਡੀਓ ਬਣਾ ਰਹੇ ਹੁੰਦੇ ਆ ਉਹ ਸ਼ੁਕਰਾਨਾ ਕਰ ਰਹੇ ਸੀ ਸ਼ੁਕਰਾਨਾ ਕਰਦਿਆਂ ਕਰਦਿਆਂ ਆ ਕੇ ਇੱਕ ਸੇਵਾਦਾਰ ਫੋਨ ਖੋਲ ਲੈਂਦਾ ਝੱਪਟਾ ਮਾਰ ਲੈਂਦਾ ਇਸ ਤਰ੍ਹਾਂ ਉਹ ਪੂਰਾ ਲਾਈਵ ਵੀਡੀਓ ਚੱਲ ਰਿਹਾ ਸੀ ਕਿਉਂਕਿ ਲਾਈਵ ਵੀਡੀਓ ਚੱਲ ਰਿਹਾ ਸੀ ਬਾਬੇ ਨਾਨਕ ਦੇ ਫਾਲਸਫੇ ਨੂੰ ਦੇ ਦਿਓ ਇਹ ਬਿਲਕੁਲ ਉਹ ਤਾਂ ਬਾਬੇ ਨਾਨਕ ਦੇ ਫਾਲਸਫੇ ਨੂੰ ਦੇ ਦਿਓ ਜਿਵੇਂ ਸਰਬੱਤ ਦਾ ਭਲਾ ਆਪਾਂ ਕਹਨੇ ਆ ਤਾਂ ਉਹ ਸਰਬੱਤ ਦਾ ਭਲਾ ਹੀ ਕਰ ਰਿਹਾ ਹੈਗਾ ਮਿੰਟੂ ਉਹਨਾਂ ਦੀ ਜੇ ਗੱਲ ਕਰੀਏ ਕਿਉਂਕਿ ਟਾਸਕ ਫੋਰਸ ਇੱਕ ਗੱਲ ਹੋਰ ਵੀ ਹੈ ਬਿਕਉਂ ਟਾਸਕ ਫੋਰਸ ਦਾ ਰ ਹਮੇਸ਼ਾ ਜਿਹੜਾ ਕੋਈ ਨਾ ਕੋਈ ਵੀਡੀਓ ਟ੍ਰਾਸਪੋਰਟਸ ਦੀ ਜਿਹੜੀ ਹੈ ਕਿਤੇ ਨਾ ਕਿਤੇ ਆਉਂਦੀ ਆ ਪਰ ਸਵਾਲ ਹੁਣ ਇਹ ਖੜਾ ਹੁੰਦਾ ਕਿ ਆਖਰਕਾਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਉਹ ਬੰਦਾ ਕੌਣ ਹੈ ਕੋਈ ਪੈਰਾਮੀਟਰ ਪੈਰਾਮੀਟਰ ਵੱਖੋ ਵੱਖਰੇ ਕਿਉਂ ਇਹ ਤਾਂ ਦੇਖੋ ਨਾ ਬੰਦਾ ਹੈ ਕੌਣ ਔਰ ਬੰਦਾ ਕਰ ਕੀ ਰਿਹਾ ਕਿ ਉਹ ਬੰਦਾ ਕੋਈ ਭੰਗੜੇ ਪਾ ਰਿਹਾ ਜਿਵੇਂ ਅਸੀਂ ਦੇਖਿਆ ਬਾਅਦ ਕੁੜੀਆਂ ਨੇ ਆ ਕੇ ਮਾਫੀ ਵੀ ਮੰਗੀ ਟਿਕਟੌਕ ਤੇ ਜਿਹੜਾ ਇਹ ਬਹੁਤ ਸ਼ਰਮਨਾਕ ਗੱਲ ਸੀਗੀ ਉਹ ਉਹਨਾਂ ਨੇ ਟਿਕਟੌਕ ਤੇ ਵੀਡੀਓ ਬਣਾਈ ਵੀਡੀਓ ਵਾਇਰਲ ਹੋਈ ਆ ਕੇ ਮਾਫੀ ਮੰਗਣੀ ਪਈ ਉਹਨਾਂ ਨੂੰ ਮਾਫੀ ਮੰਗੀ ਪਰ ਇਹ ਤਾਂ ਦੇਖੋ ਨਾ ਬੰਦਾ ਸ਼ੁਕਰਾਨਾ ਅਦਾ ਕਰ ਰਿਹਾ ਉਹਦੇ ਬੰਦੇ ਦੇ ਆਸੇ-ਪਾਸੇ ਖੜਾ ਕੌਣ ਹੈ ਉਹਦੇ ਆਸੇ-ਪਾਸੇ ਉਹ ਲੋਕ ਖੜੇ ਆ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਪਏ ਹੋਏ ਸੀ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਜਿਹੜੇ ਠੀਕ ਹੋਏ ਆ ਤਾਂ ਇਹ ਇਸ ਤਰ੍ਹਾਂ ਦੇ ਲੋਕ ਜਿਹੜੇ ਕੋਈ ਚੱਲ ਫਿਰ ਨਹੀਂ ਸਕਦਾ ਉਹਨਾਂ ਨੂੰ ਉਹ ਚੁੱਕ ਕੇ ਲੈ ਕੇ ਗਈ ਉਹ ਉਸ ਬੰਦੇ ਦੀ ਟੀਮ ਤਾਂ ਘਟੂ-ਘਟੇ ਜਰੂਰ ਉਥੇ ਇਸ਼ਨਾਨ ਕਰਾਇਆ ਉਹਨਾਂ ਲੋਕਾਂ ਨੂੰ ਆਪ ਨਾਲ ਲਾ ਕੇ ਤਾਂ ਦਰਸ਼ਨ ਕਰਵਾ ਕੇ ਲੈ ਕੇ ਜਾ ਰਿਹਾ ਉਹ ਬੰਦਾ ਤੱਕ ਟੋਟੇ ਟੋਟੇ ਚੀਜ਼ਾਂ ਤਾਂ ਦੇਖਣੀਆਂ ਚਾਹੀਦੀਆਂ ਨਾ ਭਾਈ ਬੰਦਾ ਹੈ ਕੌਣ ਆ ਉੱਥੇ ਫੋਟੋਆਂ ਵੀ ਇੱਕ ਸ਼ਖਸ ਜਿਹੜਾ ਖਚਾਉਂਦਾ ਹੋਇਆ ਨਜ਼ਰ ਆ ਰਿਹਾ ਮਿੰਟੂ ਹੁਣਾਂ ਦੇ ਨਾਲ ਪਰ ਇਹ ਇਹ ਚੀਜ਼ਾਂ ਤਾਂ ਦੇਖੋ ਭਾਈ ਦਰਬਾਰ ਸਾਹਿਬ ਆਇਆ ਬੰਦਾ ਇੰਨੀ ਸ਼ਰਧਾ ਦੇ ਨਾਲ ਇੰਨੀ ਆਸਥਾ ਦੇ ਨਾਲ ਆਇਆ ਔਰ ਪੂਰੀ ਸੰਗਤ ਉਹਨਾਂ ਲੋਕਾਂ ਨੂੰ ਲੈ ਕੇ ਆਇਆ ਜਿਹੜੇ ਰੱਬ ਵਰਗੇ ਬੰਦੇ ਨੇ ਵਿਚਾਰੇ ਜਿਹੜੇ ਚੱਲ ਫਿਰ ਨਹੀਂ ਸਕਦੇ ਖਾਸ ਤੌਰ ਤੇ ਉਹਨਾਂ ਨੂੰ ਲੈ ਕੇ ਆਇਆ ਔਰ ਉੱਥੇ ਇਹੋ ਜਿਹਾ ਵਿਵਹਾਰ ਹੋ ਰਿਹਾ ਉਸ ਦੇ ਨਾਲ ਤਾਂ ਐਸਜੀਪੀਸੀ ਬੇਸ਼ੱਕ ਡਿਫਰੈਂਡ ਕਰ ਰਹੀ ਆ ਆਪਣੇ ਹੀ ਬੰਦਿਆਂ ਨੂੰ ਪਰ ਖਾਸ ਤੌਰ ਤੇ ਇਹ ਜ਼ਰੂਰ ਦੇਖਣਾ ਚਾ ਡਿਫੈਂਡ ਕਰੋ ਬੇਸ਼ੱਕ ਆਪਦੇ ਬੰਦੇ ਨੂੰ ਪਰ ਘੱਟੋ ਘੱਟ ਇਹ ਸੇਧ ਵੀ ਦਿਓ ਕਿ ਕੀ ਇਹ ਠੀਕ ਕੀਤਾ ਜਾਂ ਨਹੀਂ ਕੀਤਾ ਜਾਂ ਘੱਟੋ ਘੱਟ ਕਿਉਂਕਿ ਮਿੰਟੂ ਉਹ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕ ਕਈ ਤਾਂ ਆ ਕੇ ਇਹ ਵੀ ਕਹਿੰਦੇ ਨੇ ਕਿ ਅਸੀਂ ਰੱਬ ਨਹੀਂ ਦੇਖਿਆ ਪਰ ਤੁਸੀਂ ਤੁਹਾਡੇ ਚੋਸੀ ਰੱਬ ਦੇਖ ਰਹੇ ਆ ਕਿਉਂਕਿ ਜਦ ਇਹ ਗੁਰਨਾਨਕ ਗੁਰਨਾਨਕ ਸਾਹਿਬ ਦੀ ਜੀ ਗੱਲ ਕਰੀਏ ਤਾਂ ਉਹਨਾਂ ਦਾ ਫਲਸਫਾ ਸੀ ਸਰਬੱਤ ਦਾ ਭਲਾ ਤਾਂ ਉਹ ਸਰਬੱਤ ਦਾ ਭਲਾ ਹੀ ਕਰ ਰਹੇ ਤੇ ਨਿਸ਼ਕਾਮ ਸੇਵਾ ਵੀ ਕਰ ਰਹੇ ਕੋਈ ਇਹ ਨਹੀਂ ਹੈ ਕਿ ਕਿ ਉਸ ਨੂੰ ਕੋਈ ਆ ਕੇ ਕੋਈ ਰੁਪਿਆ ਦਿੰਦਾ ਜਾਂ ਕੋਈ ਉਸ ਨੂੰ ਬਹੁਤ ਚੜਾਵਾ ਚੜ੍ਹਦੇ ਨਹੀਂ ਉੱਥੇ ਐਦਾਂ ਦਾ ਕੁਝ ਨਹੀਂ ਹੈ ਉਹ ਸਰਕਾਰਾਂ ਦੇ ਜਾਂਦੇ ਬਿਲਕੁਲ ਜਾ ਕੇ ਉੱਥੋਂ ਚੱਕ ਕੇ ਲੈ ਕੇ ਆਉਂਦੇ ਜਿਨ੍ਹਾਂ ਨੂੰ ਲੋਕ ਛਾੜ ਜਾਂਦੇ ਨੇ ਜਿਨ੍ਹਾਂ ਨੂੰ ਲੋਕ ਘਰੋਂ ਕਿ ਸਪੋਰਟ ਦੇ ਤੌਰ ਤੇ ਬੇਸ਼ੱਕ ਸਪੋਰਟ ਦੇ ਤੌਰ ਤੇ ਬਹੁਤ ਸਾਰੇ ਲੋਕ ਜਿਹੜੇ ਆ ਸਿੱਖ ਸੰਗਤ ਵੀ ਕਰਦੀ ਹੈ ਸਿੱਖਾਂ ਤੋਂ ਬਿਓਨ ਬਾਕੀ ਦੇ ਬਾਹਰੋਂ ਵੀ ਬਹੁਤ ਸਾਰੇ ਲੋਕ ਸਪੋਰਟ ਕਰਦੇ ਐ 노 ਡਾਊਟ ਪਰ ਇਹ ਤਾਂ ਚੀਜ਼ ਦੇਖੋ ਵੀ ਉਹ ਬੰਦਾ ਕਰ ਕੀ ਰਿਹਾ ਕੰਮ ਕਿੱਥੇ ਲਾ ਰਿਹਾ ਔਰ ਦੂਸਰੀ ਗੱਲ ਇਹ ਐ ਤੁਸੀਂ ਆਪਣਾ ਜਰੂਰ ਇਸ ਨੂੰ ਲੈ ਕੇ ਵੀ ਤੁਸੀਂ ਵੀ ਰਿਵਿਊ ਦਿਓ ਕਿ ਵਾਕਈ ਇਹ ਠੀਕ ਹੋਇਆ ਗਲਤ ਹੋਇਆ ਜਾਂ ਇਸ ਨੂੰ ਲੈ ਕੇ ਰਵਈਆ ਕੀ ਹੋਣਾ ਚਾਹੀਦਾ